ਹਾਂਜੀ, ਮੇਰੇ ਮਿਸਿਜ ਸਿਮਰਨਜੀਤ ਕੌਰ ਇੱਥੇ ਸਟਾਰ ਹਸਪਤਾਲ ਵਿੱਚ ਆਏ। ਸਾਨੂੰ ਯੂਟਿਊਬ 'ਤੇ ਹੀ ਵੇਖਿਆ ਸੀ ਇਹਨਾਂ ਦਾ ਹਸਪਤਾਲ ਦਾ, ਅਤੇ ਇੱਥੇ ਆ ਕੇ ਅਸੀਂ ਡਾਕਟਰ ਜਸਮੀਤ ਸਿੰਘ ਜੀ ਨਾਲ ਮਿਲੇ ਹਾਂ, ਸਿਵਰ ਸਰਜਨ ਨੇ। ਦੂਰਬੀਨ ਦਾ ਆਪਰੇਸ਼ਨ ਉਹਨਾਂ ਨੇ ਕੀਤਾ ਹੈ ਅਤੇ 4 ਟਾਂਕੇ ਲੱਗਦੇ ਨੇ, ਬਹੁਤ ਛੇਤੀ ਠੀਕ ਹੁੰਦਾ। ਹਾਂਜੀ, ਮੇਰੇ ਮਿਸਿਜ ਸਿਮਰਨਜੀਤ ਕੌਰ ਇੱਥੇ ਸਟਾਰ ਹਸਪਤਾਲ ਵਿੱਚ ਆਏ। ਸਾਨੂੰ ਯੂਟਿਊਬ 'ਤੇ ਹੀ ਵੇਖਿਆ ਸੀ ਇਹਨਾਂ ਦਾ ਹਸਪਤਾਲ ਦਾ, ਅਤੇ ਇੱਥੇ ਆ ਕੇ ਅਸੀਂ ਡਾਕਟਰ ਜਸਮੀਤ ਸਿੰਘ ਜੀ ਨਾਲ ਮਿਲੇ ਹਾਂ, ਸਿਵਰ ਸਰਜਨ ਨੇ। ਉਹਨਾਂ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਇੱਥੇ ਆ ਕੇ ਵੀ ਤੁਸੀਂ ਦੂਰਬੀਨ ਵਾਲਾ ਆਪਰੇਸ਼ਨ ਕਰਾਓ। ਅਸੀਂ ਉਹਨਾਂ ਦਾ ਦੂਰਬੀਨ ਦਾ ਆਪਰੇਸ਼ਨ ਉਹਨਾਂ ਨੇ ਕੀਤਾ ਹੈ ਅਤੇ 4 ਟਾਂਕੇ ਲੱਗਦੇ ਨੇ, ਬਹੁਤ ਛੇਤੀ ਠੀਕ ਹੁੰਦਾ ਹੈ, ਇੱਥੇ ਆਪਣਾ ਕੰਮ ਕਾਰ ਕਰ ਸਕਦੇ ਨੇ। ਅਤੇ ਡਾਕਟਰ ਸਾਹਿਬ ਇੱਥੇ ਸਟਾਫ ਬਹੁਤ ਵਧੀਆ ਹੈ। ਤੁਸੀਂ ਵੀ ਇਹ ਵੀਡੀਓ ਵੇਖ ਕੇ ਇੱਥੇ ਸਟਾਰ ਹਸਪਤਾਲ ਪੁੱਜੋ, ਅਤੇ ਅਸੀਂ ਇਹਨਾਂ ਸਟਾਫ ਦਾ ਬਹੁਤ ਧੰਨਵਾਦ ਕਰਦੇ ਹਾਂ। ਇਹ ਜਿਹੜਾ ਦੂਰਬੀਨ ਨਾਲ ਆਪਰੇਸ਼ਨ ਹੁੰਦਾ ਜੇ, ਇਹ ਬਹੁਤ ਛੇਤੀ ਰਿਕਵਰੀ ਹੁੰਦੀ ਹੈ, ਤੁਸੀਂ ਆਪਣਾ ਕੰਮ ਕਾਰ ਕਰ ਸਕਦੇ ਜੇ। ਅਤੇ ਤੁਸੀਂ ਸਟਾਰ ਹਸਪਤਾਲ ਵਿੱਚ ਆਓ ਅਤੇ ਡਾਕਟਰ ਜਸਮੀਤ ਸਿੰਘ ਜੀ ਨਾਲ ਮੁਲਾਕਾਤ ਕਰੋ ਅਤੇ ਆਪਣਾ ਆਪਰੇਸ਼ਨ ਕਰਵਾਓ। ਥੈਂਕ ਯੂ ਜੀ।